ਇਹ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਜਿਸ ਨੂੰ ਸਟੈਚੂ ਆਫ ਯੂਨਿਟੀ ਦਾ ਨਾਮ ਦਿੱਤਾ ਗਿਆ ਹੈ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਇਸ ਬੁੱਤ ਨੂੰ ਬਣਾਉਣ ਤੇ ਲਗਭਗ 3000 ਕਰੋੜ ਰੁਪਏ ਖਰਚ ਕੀਤੇ ਗਏ ਨੇ ਪਰ ਇਸ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਮੰਨਦੇ ਨੇ ਕਿ ਐਨੀ ਵੱਡੀ ਰਕਮ ਜ਼ਰੂਰਤਮੰਦਾਂ ਦੀ ਮਦਦ ਲਈ ਵੀ ਦਿੱਤੀ ਜਾ ਸਕਦੀ ਸੀ ਤਾਂ ਜੋ ਉਹਨਾਂ ਦੇ ਹਾਲਾਤ ਸੁਧਰ ਸਕਦੇ ਖਾਸ ਕਰਕੇ ਉਹਨਾਂ ਕਿਸਾਨਾਂ ਦੇ ਜਿਹੜੇ ਨਰਮਦਾ ਨਦੀ ਦੇ ਕਿਨਾਰੇ ਤਾਂ ਰਹ ਰਹੇ ਨੇ ਪਰ ਆਪਣੇ ਖੇਤਾਂ ਵਿੱਚ ਪਾਣੀ ਲਈ ਤਰਸ ਰਹੇ ਨੇ ਵਿਜੇਂਦਰ ਤਾੜਵੀ ਦਾ ਪਿੰਡ ਨਾਨਾ ਪਿਪਲੀਆ ਬੁੱਤ ਦੀ ਥਾਂ ਤੋਂ ਸਿਰਫ 12 ਕਿਲੋਮੀਟਰ ਦੂਰ ਹੈ ਉਹ ਮਿਰਚਾਂ ਅਤੇ ਸਬਜ਼ੀਆਂ ਉਗਾਉਂਦੇ ਨੇ ਪਰ ਨਰਮਦਾ ਦੇ ਕੋਲ ਹੋਣ ਦੇ ਬਾਵਜੂਦ ਉਹਨਾਂ ਦੇ ਖੇਤਾਂ 'ਚ ਪਾਣੀ ਨਹੀਂ ਪਹੁੰਚਦਾ ਸਾਲ 2013 ਵਿੱਚ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇੱਥੇ ਖੇਤੀ ਲਈ ਪਾਣੀ ਆਵੇਗਾ ਪਰ ਵਿਜੇਂਦਰ ਅਜੇ ਵੀ ਉਸ ਪਾਣੀ ਦੀ ਉਡੀਕ ਕਰ ਰਹੇ ਨੇ ਕਰਜਨ ਯੋਜਨਾ ਕਰਜਨ ਡੈਮ ਇੱਥੋਂ 20 ਕਿਲੋਮੀਟਰ ਦੂਰ ਹੈ ਇੱਥੇ ਇੱਕ ਛੋਟੀ ਜਹੀ ਨਹਿਰ ਮੇਰੇ ਖੇਤਾਂ ਤੋਂ ਹੋ ਕੇ ਲੰਘਦੀ ਹੈ ਪਰ ਮੈਨੂੰ ਕਦੇ ਪਾਣੀ ਨਹੀਂ ਮਿਲਿਆ ਅਮਨੇ ਪਾਣੀ ਨਹੀਂ ਤੇ ਮਰ ਤੋ ਇੱਥੇ ਰਹਿ ਰਹੇ ਕਿਸਾਨਾਂ ਨੂੰ ਮਜਬੂਰਨ ਨਹਿਰ ਵਿੱਚੋਂ ਪਾਣੀ ਲੈਣਾ ਪੈਂਦਾ ਹੈ ਜੋ ਗੈਰਕਾਨੂੰਨੀ ਹੈ ਇਹਨਾਂ ਦੀਆਂ ਪਰੇਸ਼ਾਨੀਆਂ ਬਾਰੇ ਬੀਬੀਸੀ ਨੇ ਜ਼ਿਲ੍ਹਾ ਕਲੈਕਟਰ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਇਸ ਦੀ ਜਾਂਚ ਹੋਵੇਗੀ ਕਿਸਾਨਾਂ ਦੇ ਹੱਕ ਲਈ ਲੜਨ ਵਾਲੇ ਲਖਨ ਨੇ ਇੱਕ ਦੂਜੇ ਹੀ ਪਹਿਲੂ ਤੋਂ ਰੋਬਰੂ ਕਰਵਾਇਆ। ਉਹ ਬੜ ਨੂੰ ਏਟਲੀ ਜ਼ਮੀਨ ਏਟਲੀ ਗੱਲ ਨਹੀਂ। ਅੰਨੀ ਪਾਸੇ ਬਹੁਤ ਮੋਟ ਸਰਦਾਰ ਸਰੋਵਰ ਦਾ 0 થી 9 ਕਿਲੋ ਗਰੂੜੇਸ਼ਵਰ ਜ਼ਿਲ੍ਹੇ ਵਿੱਚ ਸਰਦਾਰ ਸਰੋਵਰ ਦੇ 9 ਕਿਲੋਮੀਟਰ ਦੇ ਘੇਰੇ ਵਿੱਚ ਆਮਦਲਾ ਪਦਰਵਾ ਅਤੇ ਸੰਦਰੋਲੀ ਵਰਗੇ ਪਿੰਡ ਨੇ। ਇਹਨਾਂ ਵਿੱਚ ਜਿਹੜੀਆਂ ਨਹਿਰਾਂ ਬਣੀਆਂ ਨੇ ਉਹ ਬਹੁਤ ਹੀ ਕਮਜ਼ੋਰ ਨੇ। ਨਰਮਦਾ ਦਾ ਪਾਣੀ ਗੁਜਰਾਤ ਦੇ ਅੰਦਰੂਨੀ ਇਲਾਕੇ ਵਿੱਚ ਪਹੁੰਚ ਜਾਂਦਾ ਹੈ ਪਰ ਇੱਥੇ ਨਹੀਂ ਆਉਂਦਾ। ਆਟਲਾ ਵਰਸਤੀ ਪਾਣੀ ਸੇਕ ਤਿਆ ਜਾਈਜ਼ ਬਾਹ ਪਾਣੀ ਪਾਣੀ ਮਿਲਤੂ ਨਹੀਂ। ਇਸ ਬੁੱਤ ਦੇ ਆਲੇ-ਦੁਆਲੇ 20 ਪਿੰਡ ਅਜੇਹੇ ਨੇ ਜਿੱਥੇ ਲੋਕਾਂ ਨੂੰ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਮਸ਼ੱਕਤ ਕਰਨੀ ਪੈਂਦੀ ਹੈ ਪਰ ਉਹ ਜਾਣਦੇ ਨੇ ਕਿ ਜੇਕਰ ਪੈਸਾ ਅਤੇ ਸਰਕਾਰ ਦੀ ਇੱਛਾ ਸ਼ਕਤੀ ਹੋਵੇ ਤਾਂ ਬਹੁਤ ਕੁਝ ਹਾਸਲ ਹੋ ਸਕਦਾ ਹੈ ਹੁਣ ਉਹਨਾਂ ਨੂੰ ਉਡੀਕ ਹੈ ਕਿ ਸ਼ਾਇਦ ਸਰਕਾਰ ਕਦੇ ਉਹਨਾਂ ਵੱਲ ਦੇਖੇਗੀ